ਲੜਾਈ ਇਹ ਸੀ ਕਿ ਸਾਡੇ ਪਿੰਡ ਲੜਾਈ ਝਗੜਾ ਹੋਇਆ ਸੀ, ਮਹੀਨਾ ਇੱਕ ਹੋ ਗਿਆ ਸੀ ਪਹਿਲਾਂ। ਚਲੋ ਲੜਾਈ ਝਗੜਾ ਹੋਇਆ, ਆਂਢੀਆਂ ਗੁਆਂਢੀਆਂ ਨਾਲ ਹੋਇਆ, ਮੇਰਾ ਕੋਈ ਰੋਲ ਨਹੀਂ ਸੀ ਵਿੱਚ ਹੈਗਾ। ਮੈਂ ਪੱਤਰਕਾਰ ਹੋਣ ਦੇ ਨਾਤੇ ਮੇਰਾ ਵਤਨ ਦੀ ਮਿੱਟੀ ਨਿਊਜ਼ ਚੈਨਲ ਹੈ ਆਪਣਾ ਆ, ਹੈ ਉਹ ਖਬਰਾਂ ਲਾਈ ਦੀਆਂ ਖਬਰਾਂ, ਯਾਨੀ ਕਿ ਪੱਤਰਕਾਰੀ ਦੇ ਸਿਰ 'ਤੇ ਆਪਣੇ ਵਿਚਰ ਰਹੇ ਹਾਂ, ਹੈ ਮੇਰੇ ਘਰ ਆ ਕੇ ਰੋੜੇ ਵੱਟੇ ਚਲਾਉਂਦਾ, ਉਹਨਾਂ ਦਾ ਕੋਈ ਕੰਮ ਹੀ ਨਹੀਂ ਹੈਗਾ। ਇਸ ਸੰਬੰਧ ਵਿੱਚ ਮੈਂ ਥਾਣਾ ਰਮਦਾਸ ਨੂੰ, ਥਾਣਾ ਝੰਡੇਰ, DSP ਅਜਨਾਲਾ, SSP ਅੰਮ੍ਰਿਤਸਰ ਨੂੰ ਦਰਖਾਸਤਾਂ ਦਿੱਤੀਆਂ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਜਦਕਿ ਅੱਜ ਅਸੀਂ DSP ਅਜਨਾਲਾ ਸਾਹਿਬ ਨੇ ਸਾਨੂੰ ਸੱਦਿਆ ਸੀ, ਉਹਨਾਂ ਨੇ ਸਾਨੂੰ ਹੁਣ ਭਰੋਸਾ ਦਿੱਤਾ ਕਿ 25 ਤਰੀਕ ਨੂੰ ਤੁਹਾਡਾ ਸਾਰੇ ਮਸਲੇ ਹੱਲ ਕੀਤੇ ਜਾਣਗੇ। ਦੋਸ਼ੀਆਂ ਦਾ ਨਾਂ ਕੀ? ਜਿਵੇਂ ਦੋਸ਼ੀਆਂ ਦਾ ਨਾਂ ਹੈਗਾ ਸਾਡੇ ਪਿੰਡ ਦੇ, ਪਿੰਡ ਤਲਵੰਡੀ ਨਹਿਰ ਦੇ ਆ ਜੀ, ਦੋਸ਼ੀ ਹੈਗੇ ਆ ਦਲਬੀਰ ਸਿੰਘ ਦੇ ਮੁੰਡੇ ਆ ਜੀ, 2-3 ਉਹਨਾਂ ਦੇ ਨਾਂ, ਉਹਨਾਂ ਦੇ ਬਕਾਇਦਾ ਮੈਂ FIR ਦੇ ਵਿੱਚ ਦਰਖਾਸਤ ਦੇ ਵਿੱਚ ਨਾਂ ਵੀ ਲਿਖ ਕੇ ਦਿੱਤੇ ਆ, ਪਰ ਕੋਈ ਅਸਰ ਨਹੀਂ ਹੋਇਆ, ਕੋਈ ਜੂੰ ਤੱਕ ਨਹੀਂ ਸਰਕੀ ਜੀ। ਉਹਨਾਂ ਵੱਲੋਂ ਕੁਝ ਕਾਰਵਾਈ ਨਹੀਂ ਦਿੱਤੀ ਜਾਂਦੀ। SHO ਕਹਿੰਦਾ ਵੀ ਇਹਨਾਂ ਦੇ ਘਰ ਰੋੜੇ ਵੱਟੇ ਜਿਹੜੇ ਚੱਲੇ ਆ, ਬਿਲਕੁਲ ਸਟੰਟਬਾਜ਼ੀ ਕੀਤੀ ਗਈ ਆ। ਜਦਕਿ ਮੇਰੇ ਨਾਲ ਮੇਰੇ ਗਵਾਂਢੀਆਂ ਨੇ, ਮੇਰੇ ਪਤਨੀ ਅਤੇ ਮੇਰੇ ਬੱਚੇ ਦੀ ਜਾਨ ਬਚਾਈ ਉਹਨਾਂ ਨੇ ਅੰਦਰ ਵਾੜ ਕੇ, ਉਹ ਬਿਲਕੁਲ ਗਵਾਹੀ ਦੇਣ ਲਈ ਬਿਲਕੁਲ ਤਿਆਰ ਨੇ। ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ, ਤਾਂ ਜੋ ਮੇਰੇ ਨਾਲ ਜਿਹੜੀ ਵਧੀਕੀ ਕੀਤੀ ਆ, ਜੇ ਪ੍ਰੈਸ ਯਾਦ ਆ ਤਾਂ ਪ੍ਰੈਸ ਨੂੰ ਯਾਦ ਹੀ ਰਹਿਣ ਦਿੱਤਾ ਜਾਵੇ। ਜੇ ਪ੍ਰਸ਼ਾਸਨ ਨਹੀਂ ਤਾਂ 25 ਤਰੀਕ ਨੂੰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਜੰਗੀ ਪੱਤੇ ਧਰਨਾ ਦੇਵਾਂਗੇ। ਅੰਮ੍ਰਿਤਸਰ, ਅਜਨਾਲਾ, ਮਜੀਠਾ, ਰਮਦਾਸ ਸਾਰੇ ਪੱਤਰਕਾਰਾਂ ਨੂੰ ਇਕੱਠੇ ਕਰਕੇ ਇੱਥੇ ਧਰਨੇ ਦੇਵਾਂਗੇ ਅਸੀਂ ਜੀ, ਅਤੇ ਪੁਲਿਸ ਦੀ ਹਰ ਖਬਰ ਦਾ ਬਾਈਕਾਟ ਕੀਤਾ ਜਾਊਗਾ। ਅੱਜ ਦਾ ਜਿਹੜਾ ਮੈਟਰ ਹੈ ਉਹ ਸਾਡੇ ਸੰਧੂ ਸਾਹਿਬ ਨੇ ਪੱਤਰਕਾਰ ਤਲਵੰਡੀ ਤੋਂ, ਅਤੇ ਉਹਨਾਂ ਦਾ ਮਸਲਾ ਸੀ ਉਹਨਾਂ ਦੇ ਘਰ ਆ ਕੇ ਜਿਹੜੇ ਆ ਕੁਝ ਸ਼ਰਾਰਤੀ ਅਨਸਰਾਂ ਨੇ ਭੰਨਤੋੜ ਕੀਤੀ ਸੀ, ਉਸ ਸੰਬੰਧੀ ਜਿਹੜਾ SHO ਜਿਹੜਾ ਕਾਰਵਾਈ ਨਹੀਂ ਕਰਨ ਦਿਆ, ਉਸ ਸੰਬੰਧੀ ਅੱਜ ਸਰਹੱਦੀ ਪ੍ਰੈਸ ਕਲੱਬ ਅਜਨਾਲਾ ਦੇ ਸਮੂਹ ਅਹੁਦੇਦਾਰ ਅਤੇ ਪੱਤਰਕਾਰ ਸਾਰੇ ਭਾਈਚਾਰਾ DSP ਸਾਹਿਬ ਨੂੰ ਮਿਲ ਕੇ ਆਏ ਆ, ਅਤੇ DSP ਸਾਹਿਬ ਨੇ ਭਰੋਸਾ ਦਵਾਇਆ ਵੀ 25 ਤਰੀਕ ਨੂੰ ਤਫਤੀਸ਼ ਕਰਕੇ ਅਤੇ ਬਣਦੀ ਜਿਹੜੀ ਕਾਰਵਾਈ ਉਹ ਕਰਕੇ ਅਸੀਂ ਦੇਵਾਂਗੇ ਅਤੇ ਪੱਤਰਕਾਰਾਂ ਨੂੰ ਇਨਸਾਫ਼ ਦੇਵਾਂਗੇ। ਵੇਖੋ ਜੀ, ਹੁਣ ਤਾਂ ਅਫਸਰ ਤਾਂ ਕਹਿਣ 'ਤੇ ਆ 25 ਤਰੀਕ, ਜੇ 25 ਤਰੀਕ ਨੂੰ ਕਾਰਵਾਈ ਨਹੀਂ ਕਰਦਾ ਤਾਂ ਸਮੂਹ ਪੱਤਰਕਾਰ ਭਾਈਚਾਰਾ ਸਰਦੀਪ ਪ੍ਰੈਸ ਕਲੱਬ ਅਜਨਾਲਾ ਦੇ ਸਮੂਹ ਪੱਤਰਕਾਰ, ਹੋਰ ਵੀ ਜਿਹੜੇ ਪੱਤਰਕਾਰ ਸਾਥੀ ਨੇ ਉਹਨਾਂ ਨੂੰ ਨਾਲ ਲੈ ਕੇ ਫਿਰ ਇੱਕੋ ਹੀ ਇਲਾਜ ਹੈਗਾ ਵੀ ਆਪਾਂ ਧਰਨਾ ਲਾਵਾਂਗੇ DSP ਸਾਹਿਬ ਦੇ ਦਫ਼ਤਰ ਦੇ ਗਾੜੀ, ਜਿਹੜਾ ਇਹ ਆ ਵੀ ਅਸੀਂ ਆਪਣੇ ਪੱਤਰਕਾਰ ਨੂੰ ਜਿਹੜਾ ਹੱਕ ਦਵਾ ਕੇ ਰਵਾਂਗੇ। ਨਹੀਂ, ਖਬਰਾਂ ਦਾ ਬਾਈਕਾਟ ਕਰਨਾ ਤਾਂ ਕੰਨ ਪੜਦਾ, ਮੈਂ ਨਹੀਂ ਉਹ ਚੀਜ਼ਾਂ ਨੂੰ ਮੰਨਦਾ, ਕਿਉਂਕਿ ਅਸੀਂ ਸਿਰਫ ਸਾਡੀ ਲੜਾਈ ਜਿਹੜੀ ਆ ਹੱਕ ਦੀ, ਅਸੀਂ ਆਪਣਾ ਹੱਕ ਲਵਾਂਗੇ, ਪ੍ਰੋਟੈਕਟ ਕਰਾਂਗੇ।